ਗੁੱਤ ਚ ਪਰਾਂਦਾ ਮੇਰੀ ਗੁੱਤ ਚ ਪਰਾਂਦਾ ਹੋ ਮੇਰੀ ਉੱਡਦੀ ਵੇਖ ਫੁਲਕਾਰਿ ਵੇ ਕਨਕ ਦਾ ਰੰਗੇ ਉਡਿਆ ਹਾਂ ਉੱਡਦੀ ਵੇਖ ਫੁਲਕਾਰਿ ਵੇ ਕਨਕ ਦਾ ਰੰਗੇ ਉਡਿਆ ਫਕ ਲਣਾਲ ਹੋਣਾ ਨੇ guzara ਲੈਦੇ ਮੈਨੂੰ ਸੋਹਣ ਅਸ਼ਰਾਰਾ ਲੱਗਦਾ ਏ ਮੈਨੂੰ ਬੜਾ ਪਿਆਰਾ ਲੇ ਦੇ ਮੈਨੂੰ ਸੋਨੇ ਅਸ਼ਰਾ ਰਾ ਹ ਮੇਰੇ ਉੱਡਦੇ ਵੇ ਕਫਲ ਕਾਰੇ ਵੇ ਕਣਕਦਰਾਂਗੇ ਉਡੇਓ ਕੀ ਹੋਇਆ ਅਸ ਤੁਹਾਡੀ ਤਬੇ ਤਾਂ ਠੀਕ ਹੈ ਜਦੋਂ ਦਾ ਆਪਣਾ ਵਿਆਹ ਹੋਇਆ ਨਾ ਪਹਿਲੀ ਵਾਰ ਨੇ ਪਿਆਰ ਨਾਲ ਵੇਖ ਰਿਓ ਤੁਸੀਂ ਮੈਨੂੰ ਪ੍ਰੀਤੋ ਅੱਜ ਤ ਤਰ ਬਣਾ ਲਦਾ ਤੂੰ ਬਾਲੀ ਸੁਣੀ ਲੱਗੀ ਜਾਨੀ ਏ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਚੰਨ ਅੰਬਰਾਂ ਤੋਂ ਉੱਤਰ ਕੇ ਨਾ ਆ ਗਿਆ ਹੋਵੇ ਅੱਛਾ ਜੀ ਹਾਂਜੀ ਵੈਸੇ ਪ੍ਰੀਤੋ ਮੈਂ ਤੇਠੋਂ ਇੱਕ ਸਵਾਲ ਪੁੱਛਣਾ ਕਿਹੜਾ ਸਵਾਲ ਦੇਖ ਪ੍ਰੀਤੋ ਉਹ ਤਾਂ ਵੈਸੇ ਮੈਂ ਘਾਟ ਘਾਟ ਦਾ ਪਾਣੀ ਪੀਤਾ ਹਰ ਕੰਮ 'ਚ ਮੈਂ ਮਾਸਟਰ ਵੀ ਹਾਂ ਪਰ ਇੱਕ ਮੇਰਾ ਸਾਲਾ ਸਵਾਲ ਇਹੋ ਜਿਹਾ ਆੜ ਗਿਆ ਜੇ ਤੂੰ ਉਹਦਾ ਜਵਾਬ ਦੇਵੇਂ ਨਾ ਮੈਂ ਤੈਨੂੰ ਤਾਂ ਮੰਨਾ ਹਾਂ ਹਾਂ ਪੁੱਛੋ ਕਿਹੜਾ ਸਵਾਲ ਹੈ ਵੈਸੇ ਪ੍ਰੀਤੂ ਆਪਾਂ ਦੋਨੇ ਪਤੀ ਪਤਨੀ ਆ ਔਰ ਆਪਣਾ ਵਿਆਹ ਵੀ ਨਾ ਐਨ ਜਮਾ ਲਵ ਮੈਰਿਜ ਹੋਈ ਹੈ ਪਿਆਰ ਦਾ ਵਿਆਹ ਆਪਣਾ ਦੋਨਾਂ ਦਾ ਔਰ ਪਿਆਰ ਵੀ ਪ੍ਰੀਤੋ ਮੈਂ ਤੈਨੂੰ ਧਰਮ ਨਾਲ ਜਨੋ ਵਾਦ ਕਰਦਾ ਬਸ ਮੇਰਾ ਤੂੰ ਨਾ ਇੱਕੋ ਕੰਮ ਕਰਦੇ ਕੁਛ ਦੱਸੋ ਤਾਂ ਕਿਹੜਾ ਕੰਮ ਆ ਯਾਰ ਪ੍ਰੀਤੋ ਤੂੰ ਮੈਨੂੰ ਇਹ ਦੱਸ ਵੀ ਰੰਨਾ ਫਰੇਵ ਕਿਵੇਂ ਕਰਦੀਆਂ ਰੰਨਾ ਤਾਂ ਤੂੰ ਹੀ ਹੈ ਔਰ ਰਾਜ ਕੇ ਸੋਹਣੀ ਹੈ ਤੁਸੀਂ ਤਾਂ ਕਦੇ ਫਰੇਵ ਪ੍ਰੂਫ ਕੀਤਾ ਨਹੀਂ ਜੇ ਕੀਤਾ ਹੋਵੇ ਤਾਂ ਮੈਨੂੰ ਪਤਾ ਹੋਵੇ ਯਾਰ ਪ੍ਰੀਤੋ ਮੈਨੂੰ ਦੱਸ ਦੇ ਰੰਨਾ ਫਰੇਵ ਕਰਦੀਆਂ ਕਿਵੇਂ ਆ بس میری ਆ ਹੀ ਅੜਚਣ ਹੈ। ਬੱਸ ਇੱਥੇ ਚੁੱਪ ਕਰ ਜਾਓ। ਪੁੱਛਦਾ ਰੰਨਾ ਫਰੇਬ ਕਿਵੇਂ ਕਰਦੀ ਐ? ਜੇ ਮੈਂ ਦੱਸਤਾ ਨਾ ਮੇਰੇ ਨੇੜ ਤੇੜੇ ਨਹੀਂ ਦਿਸਣਾ ਤੁਸੀਂ। ਦੇਖ ਪ੍ਰੀਤੂ, ਉਂ ਤਾਂ ਮੈਨੂੰ ਹਰ ਕੰਮ ਦਾ ਤਜਰਬਾ ਐ। ਪਰ ਆ ਜਿਹੜਾ ਮੇਰਾ ਸਾਲਾ ਫਰੇਬ ਪ੍ਰੂਫ ਵਾਲਾ ਚੱਕਰ ਜਿਹਾ ਨਾ ਇਹ ਮੈਨੂੰ ਨਹੀਂ ਪਤਾ। ਉਹ ਜਿਹੜਾ ਆਪਣਾ ਬਲਦੇਵ ਨਹੀਂ ਪਿੰਡ ਦਾ ਬਲਦੇਵ। ਉਹ ਮੈਨੂੰ ਆਦਾ ਸੀ ਐ ਰੰਨਾ ਫਰੇਬ ਬਾਲੇ ਕਰਦੀ ਐ, ਬਾਲੇ ਕਰਦੀ ਐ। ਹੁਣ ਮੈਂ ਤੇ ਕਦੇ ਫਰੇਵ ਦੇਖਿਆ ਦੁਖਿਆ ਨਹੀਂ ਯਾਰ ਨਾਲੇ ਤੈਨੂੰ ਚੰਗਾ ਭਲਾ ਪਤਾ ਯਾਰ ਮੈਂ ਨਾ ਕਦੇ ਪਿੰਡ ਦੀ ਕਿਸੇ ਜਨਾਨੀ ਨਾਲ ਆਪਦੀ ਜਵਾਨ ਵੀ ਸਾਂਝੀ ਨਹੀਂ ਕੀਤੀ ਫਿਰ ਸਾਲਾ ਮੈਨੂੰ ਕਿਤੋਂ ਪਤਾ ਲੱਗੇ ਵੀ ਇਹ ਫਰੇਵ ਹੁੰਦਾ ਕੀ ਹੈ ਹੁਣ ਤੂੰ ਤਾਂ ਮੇਰੀ ਆਰ ਦੀ ਜਨਾਨੀ ਹੈ ਪ੍ਰੀਤੋ ਧਰਮਨਾ ਤੂੰ ਮੈਨੂੰ ਇਹ ਦੱਸ ਦੇ ਵੀ ਇਹ ਨਾ ਫਰੇਵ ਕਰਦੀਆਂ ਕਿਵੇਂ ਤੇ ਫਰੇਵ ਹੁੰਦਾ ਕੀ ਹੈ ਜੇ ਮੈਂ ਤੁਹਾਨੂੰ ਫਰੇਵ ਕਰਕੇ ਦਿਖਾਇਆ ਤਾਂ ਤੁਹਾਨੂੰ ਵਿਸ਼ਵਾਸ ਨਹੀਂ ਆਉਣਾ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਪ੍ਰੀਤੋ ਤੂੰ ਮੇਰੇ ਨਾਲ ਪਿਆਰ ਕਰਦੀ ਏ ਕਿ ਨਹੀਂ ਕਰਦੀ ਉਹ ਕਰਦੀਆਂ ਕਰਦੀਆਂ ਬਹੁਤ ਪਿਆਰ ਕਰਦੀਆਂ ਜੇ ਪਿਆਰ ਕਰਦੀ ਐ ਨਾ ਤਾਂ ਪ੍ਰੀਤੋ ਇੱਕ ਗੱਲ ਮੇਰੀ ਵੀ ਸੁਣ ਲੈ ਮੈਂ ਤੇਰੇ ਨਾਲ ਵਿਆਹ ਨਾ ੱੱਕੇ ਨਾ ਕਰਾਇਆ ਸਾਰਿਆਂ ਨੂੰ ਨਾਰਾਜ਼ ਕਰਕੇ ਮੇਰਾ ਬਾਪੂ ਕਿਤੇ ਹੋਰ ਵਿਆਹ ਕਰੀ ਜਾਂਦਾ ਸੀ ਮੇਰਾ ਮੈਂ ਉਹਨੂੰ ਪੈ ਗਿਆ ਮੈਂ ਕਹੇ ਜੇ ਮੈਂ ਵਿਆਹ ਕਰਾਇਆ ਤਾਂ ਪ੍ਰੀਤੋ ਨਾ ਕਰਾऊं ਨਹੀਂ ਤਾਂ ਮੈਂ ਵਿਆਹ ਨਹੀਂ ਕਰਾਉਣਾ ਹੁਣ ਤੂੰ ਇਹ ਦੱਸ ਮੈਨੂੰ ਵੀ ਮੈਂ ਸਾਰਿਆਂ ਨੂੰ ਨਾਰਾਜ਼ ਕਰਕੇ ਸਾਰਿਆਂ ਨੂੰ ਗੁੱਸੇਗਲੇ ਕਰਕੇ ਫਿਰ ਵੀ ਤੇਰਾ ਵਿਆਹ ਕਰਾਇਆ ਹੁਣ ਤੂੰ ਮੈਨੂੰ ਇਹਦਾ ਦੱਸ ਦੇ ਵੀ ਫਰੇਬ ਹੁੰਦਾ ਕੀ ਐ ਤੂੰ ਫਰੇਬ ਨੂੰ ਲਾ ਅੱਗ ਤੂੰ ਇੰਜ ਕਰ ਆ ਨਾਲ ਦੇ ਪਿੰਡ ਚ ਸ਼ਬੀਲਦਸ ਦੀ ਦੁਕਾਨ ਤੋਂ ਮੇਰੇ ਲਈ ਕਰੀਮ ਲੈ ਕੇ ਆ ਉਹ ਵੀ ਪੈਦਲ ਪੈਦਲ ਓ ਸ਼ਾ ਨਾਲ ਦੇ ਪਿੰਡੋਂ ਕਰੀਮ ਲੈ ਕੇ ਆਵਾ ਉਹ ਵੀ ਪੈਦਲ ਪੈਦਲ ਉਹ ਕਮਲье ਤਿੰਨ ਤਿੰਨ ਚਾਰ ਚਾਰ ਸਾਧਨ ਆਪਣੇ ਘਰ ਤੇ ਖੜੇ ਐ ਤੇ ਫਿਰ ਪੈਦਲ ਪੈਦਲੇ ਆ ਕਿੱਥੋਂ ਆ ਗਿਆ ਪੈਦਲ ਪੈਦਲੇ ਮਤਲਬ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਓਏ ਕਰਦਾ ਸੋ ਰੱਬ ਦੀ ਬਾਲਾ ਕਰਦਾ ਬਹੁਤ ਕਰਦਾ ਤੈਨੂੰ ਪਿਆਰ ਮੈਂ ਤੇ ਫਿਰ ਲੈ ਕੇ ਆਓ ਜਾਓ ਯਾਰ ਪਿਆਰ ਪਿਓਰ ਤੇ ਆ ਪੈਦਲ ਵਾਲੀ ਗੱਲ ਕਿੱਥੋਂ ਆ ਗਈ ਯਾਰ ਹੁਣ ਮੈਂ ਇਨੀ ਦੂਰ ਪੈਦਲ ਜਾਵਾਂ ਚਲੋ ਠੀਕ ਹੈ ਫਿਰ ਨਾ ਜਾਓ ਮਤਲਬ ਕਿ ਤੁਸੀਂ ਮੈਨੂੰ ਪਿਆਰ ਕਰਦਾ ਹੀ ਨਹੀਂ ਬਸ ਓਏ ਕਰਦਾ ਓਏ ਕਰਦਾ ਓ ਜਾਨਾ ਐਵੇਂ ਗੁੱਸੇ ਮੂੰਹ ਨਾ ਬਣਾਇਆ ਕਰ ਯਾਰ ਗੁੱਸੇ ਚ ਮੈਨੂੰ ਚੰਗੀ ਜੀ ਨਹੀਂ ਲੱਗਦੀ ਹੱਸਦੀ ਰਿਆ ਕਰ ਮੈਂ ਕਰੀਮ ਮੈਂ ਤਾਂ ਤੇਰੇ ਵਾਸਤੇ ਨਹਿਰ ਤੇ ਛਾਲ ਮਾਰਦਾ ਵਾਂ ਪਰ ਸੁੱਕੀ ਹੋਵੇ ਮੈਂ ਤੇਰੇ ਵਾਸਤੇ ਟੁੰਡੇ ਦਾ ਹੱਥ ਵੜ ਦਿਆ ਆ ਗੱਲਾਂ ਕਰਦੀ ਏ ਤੂੰ ਕਰੀਮ ਦੀ ਕਿਹੜੀ ਗੱਲ ਕੀਤੀ ਮੈਂ ਹੁਣੇ ਗਿਆ ਤੇ ਹੁਣੇ ਲੈ ਲਾਵ ਜਾਓ ਜਾਓ ਛੇਤੀ ਜਾ ਤੇ ਛੇਤੀ ਆਈਓ ਜਾਓ ਥੱਕ ਜੂਗਾ ਵੈਸੇ ਤਾਂ ਮੈਂ ਓਏ ਜਾਨਾ ਫਿਰ ਹੋਰ ਕੀ ਆ ਹੋ ਮੇਰੀ ਉੱਡਦੀ ਵੇਖ ਫੁੱਲਕਾਰੀ ਵੇ ਕਨਕ ਦਾ ਰੰਗੀ ਉਡਿਆ ਹਾਂ ਉੱਡਦੀ ਵੇਖ ਫੁੱਲਕਾਰੀ ਵੇ ਕਨਕ ਦਾ ਰੰਗੀ ਉਡਿਆ ਕਲੂ ਵੀਰੇ ਹਾਂ ਭਾਬੀ ਲੱਡ ਲਾਇਆ ਭਾਬੀ ਦਾ ਆ ਲਫਾਫੇ ਚ ਕੀ ਚੱਕੀ ਫਿਰਦਾ ਹੈ ਏ ਤੁਮੈਂ ਪਾਬੀ ਖਰਬੂਜਾ ਲੈ ਕੇ ਆ। ਅੱਛਾ ਲਿਆ ਤੇ ਫਿਰ ਮੈਨੂੰ ਦੇ ਦੇ। ਪਾਬੀ ਇੱਕ ਕੋਈ ਤਾਂ ਲੈ ਕੇ ਆ। ਉਹ ਤੈਨੂੰ ਦੇ ਦਾਂ। ਲਾਡਲਾ ਆ ਇੱਕੋ ਦਾ ਸੋਨੀ ਜੀ ਪਾਬੀ ਨੂੰ ਇੱਕ ਖਰਬੂਜਾ ਨਹੀਂ ਦੇ ਸਕਦਾ। ਤੂੰ ਤੁਸੀਂ ਲੈ ਲਓ ਪਾਬੀ। ਆ ਬਣੀ ਨਾ ਗੱਲ। ਹਾਂ ਮੈਂ ਹੋਰ ਲੈ ਆਵਾਂ। ਠੀਕ ਐ। ਠੀਕ ਐ। ਠੀਕ ਐ। ਹੂੰ। ਹੁਣ ਮੈਂ ਦੱਸਾਂਗੀ ਫਰੇਬ ਕਹਿੰਦੇ ਕਿੰਨੂ ਐ ਓ ਕੰਜਰ ਗਿਆ ਤੇ ਇੱਧਰ ਹੀ ਐ ਮੈਂ ਐਵੇਂ ਕਰਦੀਆਂ ਖਰਬੂਜਾ ਇੱਥੇ ਹੀ ਲਾ ਦੇਣੀ ਆ ਜੇ ਉਸ ਦੀ ਨਿਗਾ ਪੈ ਗਈ ਫੇਰ ਤਾਂ ਉਹਦੀ ਆ ਲੱਗੀ ਜੇ ਨਿਗਾ ਨਹੀਂ ਪਈ ਫੇਰ ਮੈਂ ਹਾਰ ਜਾਾਂਗੀ ਚਲੋ ਵੇਖਦੇ ਆ ਹੁਣ ਲੱਗ ਜੂ ਪਤਾ ਯਾਰ ਪਿੰਡ ਕਿਹੜਾ ਨੇੜੇ ਐ ਸਮਝ ਨਹੀਂ ਆਉਂਦੀ ਇਕਤਾ ਇਹ ਲਿਆ ਉਹ ਲਿਆ ਫਲਾਂ ਲਿਆ ਟਮਕਾਨ ਲਿਆ ਇਹ ਜਨਾਨੀ ਦਾ ਕਿਹਾ ਨਾ ਮੰਨਾ ਤਾਂ ਮਾਰਿਆ ਇਹ ਮੰਨ ਲਿਆ ਤਾਂ ਹਮਾਰੇ ਲੱਤਾ ਦੁਖੀ ਜਾਂਦੀਆਂ ਅਰ ਤੁਰ ਤੁਰ ਕੇ ਹੁਣ ਦਸ ਬੰਦਾ ਕਰੇ ਤਾਂ ਕਰੇ ਕੀ ਹੈ ਆ ਕੀ ਹੋਈ ਕਿਕਰਤੇ ਖਰਬੂਜਾ ਇਹ ਮੇਰੇ ਸਾਲੇ ਕਿਕਰਾਂ ਨੂੰ ਕਦੋਂ ਦੇ ਖਰਬੂਜੇ ਲੱਗਣ ਲੱਗ ਗਏ ਹੋਏ ਆ ਕਲ ਜੋਗਾ ਭਾਈ ਕੁਝ ਵੀ ਹੋ ਸਕਦਾ ਹੈਂ ਪਿਆਉਂ ਤੇ ਪਿਆਰ ਕਰਤੀ ਹੋਣੀ ਐ ਕਿਸੇ ਨੇ ਖਰਬੂਜਿਆਂ ਦੀ ਕਮਾਲ ਐ ਯਾਰ ਹੈ ਖਰਬੂਜਾ ਹਲਾ ਨਾਲ ਟਾਲ ਖਰਬੂਜਾ ਪ੍ਰੀਤੋ ਨੂੰ ਖਵਾਉਂ ਚਿਲ ਚਿਲ ਕੇ ਖਰਬੂਜਾ ਵੀ ਸੋਹਣਾ ਕਰੀਮ ਹੈਗੀ ਆ ਕਰੀਮ ਵੀ ਹੈਗੀ ਆ ਹਾਂ ਹਾਂ ਹੋ ਮਿੱਤਰਾਂ ਦੀ ਛਤਰੀ ਤੋੜ ਗੀ ਦੂਰ ਤੱਕ ਲਾਉਣਾ ਉਡਾਰੀਆਂ ਟਾਮ ਤੇ ਵਾਵਾ ਹੋ ਗਿਆ ਹਲੇ ਤੱਕਨ ਜਰਾ ਆਇਆ ਨੀ کریم ਲੈ ਕੇ ਲੈ ਆਉਂਦਾ ਪਿਆ ਮਿੱਤਰਾਂ ਦੀ ਛਤਰੀ ਤੋੜ ਦੇ ਗਈ ਦੂਰ ਤੱਕ ਲੁਨਾਈ ਉਡਾਰੀਆਂ ਆਜੋ ਜੀ ਆਜੋ ਜਦੋਂ ਵੇਖੋ ਬਸ ਨਾ ਨਗਵੀ ਗਾਣ ਤੇ ਲੱਗੀ ਰਿਆ ਕਰ ਹਾਂਜੀ ਏ ਥੱਕ ਗਿਆ ਯਾਰ ਅੱਜ ਤਾਂ ਥੱਕ ਗਿਆ ਹਾਂ ਆ ਵੇਖ ਤੇਰੇ ਵਾਸਤੇ ਕੀ ਲੈ ਕੇ ਆਇਆ ਮੈਂ ਜਮਾ ਸੜਾ ਨਾਲ ਘਟਾਲ ਹੈ ਲਿਆਓ ਦੇਖੀ ਮਿੱਠਾ ਹੂੰ ਖਰਬੂਜਾ ਤਾਂ ਮਿੱਠਾ ਹੈ ਹਾਂ ਸੱਚੀ ਮੇਰੀ ਕਰੀਮ ਕਿੱਥੇ ਹੈ ਲੈ ਹੈ ਕਮਲ ਜੀ ਐਨੀ ਦੂਰ ਐਂ ਗਿਆ ਮੈਂ ਆ ਵੇਖਾਂ ਇਹ ਅਸਲੀ ਮਹਿੰਗੀ ਵਾਲੀ ਜਤਾ ਹੋਈ ਵੇਖਾਂ ਅਸਲੀ ਕਿ ਨਕਲੀ ਹੈ ਮੈਂ ਇਨਾ ਪੜਿਆ ਲਿਖਿਆ ਤਾਂ ਹੈ ਨਹੀਂਗਾ ਨਾ ਕਰੀਮ ਤਾਂ ਅਸਲੀ ਹੈ ਚਲ ਠੀਕ ਹੈ ਫਿਰ ਅਸਲੀ ਆ ਤਾਂ ਤੂੰ ਹੁਣ ਐ ਕਰ ਪ੍ਰੀਤੋ ਆ ਖਰਬੂਜਾ ਕੱਟ ਭੁੱਖ ਬੜੀ ਲੱਗੀ ਆ ਧਰਮ ਨਾਲ ਲੱਤਾ ਹੀ ਬੜਿਆ ਦੁਖੀ ਜਾਂਦੀ ਏ ਕਿ ਤਾ ਤੂੰ ਤਰਾ ਹੀ ਬਾਲਾ ਦਿੱਤਾ ਅੱਜ ਮੈਨੂੰ ਖਰਬੂਜਾ ਤੇ ਮੈਂ ਕੱਟ ਦੇਨੀ ਆ ਤੁਸੀਂ ਪੈਨ ਨਸੀਬੋ ਘਰੇ ਜਾਓ ਤੇ ਪੁੱਛੋ ਉਹਨਾਂ ਨੂੰ ਸਬਜ਼ੀ ਕਾਦੀ ਬਣਾਈ ਐ ਫਿਰ ਨਾਲ ਤੇ ਰੋਟੀ ਖਾਵਾਂਗੇ ਨਾਲ ਖਰਬੂਜਾ ਖਾਵਾਂਗੇ ਤੇ ਤੂੰ ਸਬਜ਼ੀ ਬਣਾਈ ਨਹੀਂ ਅੱਜ ਨਾ ਨਾ ਮੈਂ ਨਹੀਂ ਬਣਾਈ ਯਾਰ ਕਮਾਲ ਕਰਦੀ ਆ ਤੂੰ ਵੀ ਨਾ ਇੱਥੇ ਬੈ ਕੇ ਨਾ ਬਸ ਗਾਣਿਆਂ ਨੂੰ ਲੱਗੀ ਰਹੀ ਨਹੀਂ ਸਾਰਾ ਦਿਨ ਮੈਂ ਹੁਣ ਤਾਂ ਥੱਕ ਗਿਆ ਆ ਯਾਰ ਹੁਣ ਮੈਂ ਉਹਨਾਂ ਘਰੇ ਜਾਵਾਂ ਯਾਰ ਤੁਸੀਂ ਮੇਰੀ ਨਾ ਕੋਈ ਗੱਲ ਨਹੀਂ ਮੰਨਦੇ ਲੈ ਅਗਲੀ ਪੁੱਤ ਨੂੰ ਵੀ ਤੇਰੇ ਵਾਲੀ ਕੀ ਕਰਦੀ ਐ ਤਾਂ ਫਿਰ ਮੈਂ ਅਗਲੀ ਨੂੰ ਕੀ ਜਵਾਬ ਦੇਵਾਂ ਯਾਰਾ ਉਹ ਨਹੀਂ ਪੁੱਛਦੀ ਤੁਸੀਂ ਜਾ ਕੇ ਲੈ ਆਓ ਜਾ ਮੇਰ ਤੋਂ ਨਹੀਂ ਆਇਆ ਜਾਂਦਾ ਯਾਰ ਠੀਕ ਐ ਫਿਰ ਮੈਂ ਗੱਲ ਵੀ ਨਹੀਂ ਕਰਨੀ ਜਾਓ ਉਹ ਨਰਾਜ ਨਾ ਹੋ ਮੇਰੇ ਮੱਖਣ ਦੇ ਪੇੜਿਆ ਜਾਂਦਾ ਰਹਿਣਾ ਯਾਰ ਪਰ ਕਿਤੇ ਹੋਰ ਨਾ ਕੱਲ ਦੀ ਫਿਰ ਮੈਨੂੰ ਯਾਰ ਨਾ ਨਾ ਜਾਓ ਫਿਰ ਮੈਂ ਆਰਾਮ ਕਰੂਗਾ ਠੀਕ ਐ ਜਨਾਬ ਅੜੀ ਹੋਈ ਫਿਰ ਕੁਝ ਤਾਂ ਬਣਾਈ ਹੋਊਗੀ ਜੋ ਲੈ ਆਓ ਅਚਾਰ ਲਿਆਵਾਂ ਹਾਂ ਲੈ ਆਇਓ ਮੈਂ ਨਹੀਂ ਲੈ ਕੇ ਆਉਣਾ ਕੁਝ ਵੀ ਠੀਕ ਹੈ ਨਾ ਜਾਓ ਸਬਜੀ ਹੋਈ ਤਾਂ ਲੈ ਆਉਂਗਾ ਜੇ ਚੱਜ ਦੀ ਹੋਈ ਤਾਂ ਕੋਈ ਨਹੀਂ ਤਾਂ ਫਿਰ ਦੇਖੀ ਜੂ ਯਾਰ ਹਾਂ ਹਾਂ ਠੀਕ ਹੈ ਫਿਰ ਮੈਂ ਹੁਣ ਜਾਓ ਅਜਾਣਾ ਯਾਰ ਸਾਰਾ ਦਿਨ ਲਈ ਰੱਖੂ ਇਧਰ ਜਾ ਉਧਰ ਜਾ ਯਾਰ ਹੱਬੀ ਦੀ ਹੈ ਹੂੰ ਉਹ ਮਿੱਤਰਾਂ ਦੀ ਛਤਰੀ ਤੇ ਉੱਡ ਗਈ ਦੂਰ ਤੱਕ ਲੁਣਾ ਉਡਾਰੀਆਂ ਲੱਤਾ ਤਾ ਬਸਨਾ ਜਨਾਨੀ ਦਾ ਕਹਿਣਾ ਨਾ ਮੰਨਿਆ ਬੰਦਾ ਤਾਂ ਮਰਿਆ ਜੇ ਮੰਨ ਲਿਆ ਤਾਂ ਮਰਿਆ ਉਹ ਕਿਤੇ ਗਿਆ ਇਹਦੀ ਆਕਰੀਮਾ ਲਿਆ ਫੜ ਕੇ ਹੈ ਤੁਰਦਾ ਤੁਰਦਾ ਗਿਆ ਤੁਰਦਾ ਤੁਰਦਾ ਆਇਆ ਰੱਜ ਪਾਣੀ ਵੀ ਨਹੀਂ ਪੀਤਾ ਘਰੇ ਆ ਕੇ ਬੈਠਾ ਆਲੀ ਅਖੇ ਜਾ ਸਬਜ਼ੀ ਲੈ ਕੇ ਆ ਹੁਣ ਕਰਾ ਤਾਂ ਕਰਾ ਕੀ ਮਿੱਠੂ ਸਿਆ ਮੈਂ ਨਹੀਂ ਜਾਂਦਾ ਯਾਰ ਨਸੀਬ ਨੂੰ ਸਭ ਉਹਦੇ ਘਰੇ ਆਪਰ ਇੱਥੇ ਹੀ ਪੁੱਠੇ ਮੋੜ ਚੱਲਦੇ ਆ ਘੜ ਕੁੜਕੇ ਆਪਾਂ ਕਹਦੇ ਆਂਗੇ ਘਰੇ ਹੀ ਹੈ ਨਹੀਂ ਕਿ ਤਾਲੇ ਲੱਗੇ ਪਏ ਆ ਗੱਲ ਖਤਮ ਹੋਰ ਯਾਰ ਕਿਹੜਾ ਗੁਲਾਮੀ ਕਰੇ ਇਹਨਾਂ ਦੀ ਯਾਰ ਸਮਝ ਨਹੀਂ ਆਉਂਦੀ ਇਹ ਕਰਦੀਆਂ ਕੀ ਐ ਕਰਦੀਆਂ ਨਹੀਂ ਚੱਲ ਮਿੱਠੂ ਸਿਆ ਪੁੱਠਾ ਹੀ ਚੱਲ ਮੈਂ ਕਹਿ ਦੂੰਗਾ ਕਰੇ ਹੈ ਨਹੀਂ ਜੀ